श्री अकाल दोस्तों, अज मैं तुहाडे सामने बहुत ही वधिया एक्टर ते कॉमेडियन गुरप्रीत घुग्गी जी दी बायोग्राफी लैके आया हाँ, जिन्हां दे कॉमेडी रोल तो बिना अज हर कोई फिल्म अधूरी लगती है ते इन्हां ने इस मुकाम नूं हासिल करन लई बहुत मेहनत ते संघर्ष कीता, जिस कारण अज हर कोई इन्हां दी एक्टिंग दा फैन है। दोस्तों अज दी इस वीडियो दे विच असीं उन्हां दे जन्म स्ट्रगल ते परसनल लाइफ बारे गल करांगे, इस करके तुसीं साडी इह वीडियो शुरू तो लैके अखीर तक जरूर देखियो ते जिस ने भी हजे तक साडा चैनल सबसक्राइब नहीं कीता तां साडे चैनल नूं सबसक्राइब करन दे नाल नाल इस वीडियो नूं लाइक जरूर कर दिओ। सो ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਵੀਡੀਓ ਨੂੰ ਸਟਾਰਟ ਕਰਦੇ ਹਾਂ। ਗੁਰਪ੍ਰੀਤ ਘੁੱਗੀ ਜੀ ਦਾ ਜਨਮ 19 ਜੂਨ 1971 ਈਸਵੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖੜ ਫੌਜੀਆਂ ਦੇ ਵਿੱਚ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਗੁਰਨਾਮ ਸਿੰਘ ਵਰੈਚ ਤੇ ਮਾਤਾ ਜੀ ਦਾ ਨਾਮ ਸੁਖਵਿੰਦਰ ਕੌਰ ਹੈ। ਮਾਤਾ ਪਿਤਾ ਨੇ ਇਹਨਾਂ ਦਾ ਨਾਮ ਗੁਰਪ੍ਰੀਤ ਘੁੱਗੀ ਵਰੈਚ ਰੱਖਿਆ, ਪਰ ਉਹਨਾਂ ਦੇ ਉਸਤਾਦ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਨੇ ਉਹਨਾਂ ਦਾ ਨਾਮ ਗੁਰਪ੍ਰੀਤ ਘੁੱਗੀ ਰੱਖਿਆ। ਇਹਨਾਂ ਦੀ ਫੈਮਿਲੀ ਵਿੱਚ ਇਹਨਾਂ ਦੇ ਦੋ ਭਰਾ ਹਨ। ਗੁਰਪ੍ਰੀਤ ਘੁੱਗੀ ਦਾ ਵਿਆਹ ਕੁਲਜੀਤ ਕੌਰ ਦੇ ਨਾਲ ਹੋਇਆ। ਇਹਨਾਂ ਦੇ ਦੋ ਬੱਚੇ ਹਨ, ਇੱਕ ਬੇਟਾ ਤੇ ਇੱਕ ਬੇਟੀ। ਇਹਨਾਂ ਨੇ ਆਪਣੀ ਸਟੱਡੀ ਪ੍ਰਾਈਵੇਟ ਸਕੂਲ ਦੇ ਵਿੱਚ ਕੀਤੀ, ਕਿਉਂਕਿ ਉਸ ਸਮੇਂ ਉਹਨਾਂ ਦੀ ਫੈਮਿਲੀ ਬਿਜ਼ਨਸ ਦੇ ਵਿੱਚ ਘਾਟਾ ਪੈਣ ਕਰਕੇ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ, ਜਿਸ ਕਰਕੇ ਉਹ ਤਿੰਨ ਭਰਾ ਭਰਾਈ ਦੇ ਨਾਲ ਨਾਲ ਕੰਮ ਕਰਕੇ ਆਪਣੀ ਫੈਮਿਲੀ ਦੀ ਮਦਦ ਕਰਦੇ ਸਨ। ਪਰ ਗੁਰਪ੍ਰੀਤ ਘੁੱਗੀ ਨੂੰ ਸ਼ੁਰੂ ਤੋਂ ਹੀ ਐਕਟਿੰਗ ਦਾ ਬਹੁਤ ਸ਼ੌਂਕ ਸੀ, ਜਿਸ ਕਰਕੇ ਉਹ ਡਰਾਮਾ ਦੀ ਹੋਬੀ ਕਲਾਸਿਸ ਵੀ ਲਗਾਉਂਦੇ ਹੁੰਦੇ ਸਨ। ਇਹਨਾਂ ਨੇ 10 ਤੋਂ 15 ਮੁੰਡਿਆਂ ਦਾ ਗਰੁੱਪ ਬਣਾਇਆ ਸੀ ਤੇ ਇਹ ਸਾਰੇ ਰਲ ਮਿਲ ਕੇ ਥੀਏਟਰ ਕਰਿਆ ਕਰਦੇ ਸਨ। ਉਹਨਾਂ ਨੇ ਦੁਆਬਾ ਕਾਲਜ ਤੋਂ BA ਦੀ ਪੜ੍ਹਾਈ ਪੂਰੀ ਕੀਤੀ, ਜਿੱਥੇ ਉਹਨਾਂ ਨੇ ਯੂਥ ਫੈਸਟੀਵਲ ਖੇਡਣੇ ਵੀ ਸ਼ੁਰੂ ਕੀਤੇ। ਯੂਥ ਫੈਸਟੀਵਲ ਰਾਹੀਂ ਉਹਨਾਂ ਨੂੰ TV ਤੇ ਰੇਡੀਓ ਤੇ ਕੰਮ ਮਿਲਣਾ ਸ਼ੁਰੂ ਹੋਇਆ ਤੇ ਆਮ ਲੋਕਾਂ ਵਿੱਚ ਪਹਿਚਾਣ ਬਣਨੀ ਸ਼ੁਰੂ ਹੋਈ। ਇਹਨਾਂ ਨੇ ਜਲੰਧਰ ਦੂਰਦਰਸ਼ਨ ਤੇ ਵੀ ਕਈ ਸੀਰੀਅਲਸ ਵਿੱਚ ਵੀ ਕੰਮ ਕੀਤਾ ਤੇ ਫਿਰ ਇਹਨਾਂ ਨੂੰ ਛੋਟੇ ਮੋਟੇ ਡਰਾਮੇ ਤੇ ਸਕਿੱਟਾਂ ਦੇ ਵਿੱਚ ਵੀ ਰੋਲ ਮਿਲਣ ਲੱਗ ਪਏ। ਇਹਨਾਂ ਸਾਰੇ ਕੰਮਾਂ ਦੇ ਨਾਲ ਨਾਲ ਉਹਨਾਂ ਨੇ ਥੀਏਟਰ ਵੀ ਜਾਰੀ ਰੱਖਿਆ। ਫਿਰ ਸਨ 2004 ਵਿੱਚ ਉਹਨਾਂ ਨੇ ਪੰਜਾਬੀ ਐਕਟਰ ਹਰਭਜਨ ਮਾਨ ਨਾਲ ਜੀ ਆਇਆਂ ਨੂੰ ਪੰਜਾਬੀ ਫਿਲਮ ਦੇ ਵਿੱਚ ਕੰਮ ਕੀਤਾ, ਜੋ ਕਿ ਉਹਨਾਂ ਦੀ ਪਹਿਲੀ ਫਿਲਮ ਸੀ, ਜਿਸ ਵਿੱਚ ਉਹਨਾਂ ਨੇ ਟਰੈਵਲ ਏਜੰਟ ਦਾ ਰੋਲ ਪਲੇ ਕੀਤਾ ਸੀ, ਜੋ ਕਿ ਲੋਕਾਂ ਨੂੰ ਬਹੁਤ ਪਸੰਦ ਵੀ ਆਇਆ ਤੇ ਇਹ ਫਿਲਮ ਸੁਪਰ ਡੂਪਰ ਹਿੱਟ ਰਹੀ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇੱਕ ਤੋਂ ਬਾਅਦ ਇੱਕ ਪੰਜਾਬੀ ਫਿਲਮ ਵਿੱਚ ਕੰਮ ਕਰਦੇ ਰਹੇ। ਗੁਰਪ੍ਰੀਤ ਘੁੱਗੀ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਵੀ ਕਈ ਸੁਪਰ ਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ। ਜੇ ਇਹਨਾਂ ਦੀ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇਹ ਵਿਸਾਖੀ ਲਿਸਟ, ਇੱਕ ਜਿੰਦ ਇੱਕ ਜਾਨ, ਮੇਰਾ ਪਿੰਡ, ਮੰਜੇ ਬਿਸਤਰੇ 3, ਦਾਣਾ ਪਾਣੀ, ਜੀਜਾ ਜੀ, ਸ਼ਾਵਾਨੀ ਗਰਧਾਰੀ ਲਾਲ, ਮੁੰਡੇ UK ਦੇ, ਲਾਵਾਂ ਫੇਰੇ, ਲੱਕੀ ਦੀ ਅਨਲੱਕੀ ਸਟੋਰੀ, ਵਧਾਈਆਂ ਜੀ ਵਧਾਈਆਂ, ਅਰਦਾਸ ਅਤੇ ਕੈਰੀ ਔਨ ਜੱਟਾ ਸੀਰੀਜ਼ ਦੇ ਨਾਲ ਨਾਲ ਹੋਰ ਵੀ ਅਨੇਕਾਂ ਫਿਲਮਾਂ ਵਿੱਚ ਇਹ ਕੰਮ ਕਰ ਚੁੱਕੇ ਨੇ। ਜੇ ਇਹਨਾਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਇਹ ਆਪਣੀ ਫੈਮਿਲੀ ਦੇ ਨਾਲ ਟਾਈਮ ਜ਼ਰੂਰ ਗੁਜ਼ਾਰਦੇ ਨੇ ਤੇ ਇਹਨਾਂ ਨੂੰ ਘੁੰਮਣ ਫਿਰਨ ਦਾ ਵੀ ਬਹੁਤ ਸ਼ੌਂਕ ਹੈ। ਸੋ ਇਹ ਸੀ ਪੰਜਾਬੀ ਐਕਟਰ ਗੁਰਪ੍ਰੀਤ ਘੁੱਗੀ ਜੀ ਦੀ ਬਾਇਓਗ੍ਰਾਫੀ। ਜੇਕਰ ਤੁਸੀਂ ਗੁਰਪ੍ਰੀਤ ਘੁੱਗੀ ਦੇ ਫੈਨ ਹੋ ਤਾਂ ਕਮੈਂਟ ਕਰਕੇ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਗੁਰਪ੍ਰੀਤ ਘੁੱਗੀ ਦੀ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਪਸੰਦ ਹੈ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਨਾਲ ਸ਼ੇਅਰ ਕਰਨ ਦੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।